ਐਗਜ਼ਿਟ ਪੋਲ ਕਾਂਗਰਸ ਦੀ ਸਰਕਾਰ ਬਣਾ ਰਹੇ ਨੇ। ਕੌਣ ਮੁੱਖ ਮੰਤਰੀ ਬਣੇਗਾ, ਹੁਣੇ ਤੋਂ ਹੀ ਚਰਚਾਵਾਂ ਸ਼ੁਰੂ ਹੋਣਗੀਆਂ। ਪਰ ਕਾਂਗਰਸ ਨੂੰ ਐਗਜ਼ਿਟ ਪੋਲ 55 ਤੋਂ 59 ਸੀਟਾਂ ਦਰਸਾ ਰਹੇ ਨੇ। ਭਾਰਤੀ ਜਨਤਾ ਪਾਰਟੀ ਮਹਿਜ਼ 18 ਤੋਂ 24 ਸੀਟਾਂ 'ਤੇ ਸਿਮਟਦੀ ਦਿਖਾਈ ਦੇ ਰਹੀ ਹੈ। ਐਗਜ਼ਿਟ ਪੋਲ ਨਤੀਜਿਆਂ ਵਿੱਚ ਤਬਦੀਲ ਹੋਣਗੇ ਜਾਂ ਫਿਰ ਨਹੀਂ, ਇਹ ਸਮਾਂ ਦੱਸੇਗਾ। ਕਾਂਗਰਸ ਨੂੰ ਐਗਜ਼ਿਟ ਪੋਲ 59 ਸੀਟਾਂ, ਜਦਕਿ ਬੀਜੇਪੀ ਨੂੰ 21, JJP ਦੁਸ਼ਯੰਤ ਚੌਟਾਲਾ ਮਹਿਜ਼ 3 ਸੀਟਾਂ 'ਤੇ ਸਿਮਟ ਰਹੇ ਨੇ। ਇੰਡੀਅਨ ਨੈਸ਼ਨਲ ਲੋਕ ਦਲ ਮਹਿਜ਼ 4, ਬਾਕੀਆਂ ਨੂੰ 3 ਸੀਟਾਂ ਮਿਲ ਰਹੀਆਂ ਨੇ। 8 ਤਰੀਕ ਨੂੰ ਨਤੀਜੇ ਆਉਣਗੇ, ਮਹਿਜ਼ 3 ਦਿਨ ਬਾਕੀ ਨੇ। ਹਰਿਆਣਾ ਵਿਧਾਨ ਸਭਾ ਚੋਣ ਤੇ ਐਗਜ਼ਿਟ ਪੋਲ ਚ ਕਾਂਗਰਸ ਦੀ ਬੱਲੇ ਬੱਲੇ ਹੋ ਰਹੀ ਹੈ। ਜੇ ਕਾਂਗਰਸ ਦੀ ਬੱਲੇ ਬੱਲੇ ਨਤੀਜਿਆਂ ਚ ਹੋ ਗਈ ਤਾਂ ਮੁੱਖ ਮੰਤਰੀ ਕੌਣ ਬਣੇਗਾ, ਕੁਮਾਰੀ ਸ਼ੈਲਜਾ ਜਾਂ ਫਿਰ ਹੁੱਡਾ ਸਾਹਿਬ ਬਣਨਗੇ। 2 ਪ੍ਰਾਇਓਰਿਟੀ ਬੇਸ ਚਿਹਰੇ ਨੇ, ਪਰ ਹੁੱਡਾ ਸਾਹਿਬ ਵਾਲਾ ਪੰਨੜਾ ਜ਼ਿਆਦਾ ਭਾਰੀ ਹੈ ਕਿਉਂਕਿ ਬਹੁਤ ਚਰਚਿਤ ਚਿਹਰਿਆਂ ਦੇ ਵਿੱਚ ਆ ਭੁਪਿੰਦਰ ਸਿੰਘ ਹੁੱਡਾ ਅਤੇ ਨਾਇਬ ਸਿੰਘ ਸੈਣੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਦੇ ਰਹੇ ਨੇ। CM ਫੇਸ ਦੀ ਦੌੜ ਦੇ ਵਿੱਚ ਨੇ ਜਿਹੜੇ, ਪਰ ਹਰਿਆਣਾ ਵਿਧਾਨ ਸਭਾ ਚੋਣ 'ਤੇ ਐਗਜ਼ਿਟ ਪੋਲ ਬਹੁਤ ਕੁਝ ਬਿਆਨ ਕਰ ਰਹੇ ਹੈ। ਐਗਜ਼ਿਟ ਪੋਲ ਨਤੀਜਿਆਂ ਵਿੱਚ ਕੀ ਤਬਦੀਲ ਹੋ ਪਾਏਗਾ? ਹਰਿਆਣਾ ਵਿਧਾਨ ਸਭਾ ਚੋਣ ਦੇ ਅੱਜ ਵੋਟਿੰਗ ਪ੍ਰਕਿਰਿਆ 90 ਸੀਟਾਂ 'ਤੇ ਮੁਕੰਮਲ ਹੋਈ ਹੈ। ਹਰਿਆਣਾ 'ਚ ਕਾਂਗਰਸ ਨੂੰ 59 ਸੀਟਾਂ ਮਿਲਣ ਦੇ ਅਨੁਮਾਨ ਲੱਗ ਰਹੇ ਨੇ, ਜਦਕਿ BJP 21, JJP ਦਾ ਤਾਂ ਸਫਾਈ ਹੈ, 3 ਸੀਟਾਂ ਲੱਗਦੀਆਂ ਨੇ ਕਿ JJP ਮਹਿਜ਼ 3 ਕਿਤੇ ਸਿਮਟ ਸਕਦੀ ਹੈ, ਪਰ 90 ਸੀਟਾਂ 'ਤੇ ਐਗਜ਼ਿਟ ਪੋਲ ਕਦੋਂ ਨਤੀਜਿਆਂ 'ਚ ਤਬਦੀਲ ਹੋਣਗੇ, 8 ਤਰੀਕ ਦਾ ਇੰਤਜ਼ਾਰ ਤੁਹਾਨੂੰ ਕਰਨਾ ਪਏਗਾ। ਹਰਿਆਣਾ ਵਿਧਾਨ ਸਭਾ ਚੋਣ ਨੂੰ ਲੈ ਕੇ ਜ਼ਬਰਦਸਤ ਪ੍ਰਚਾਰ ਹੁਣ ਤੱਕ ਹੁੰਦਾ ਰਿਹਾ। ਤਾਂ ਹਰਿਆਣਾ ਦੀ ਅਸੀਂ ਗੱਲ ਕੀਤੀ, ਹਰਿਆਣਾ 90 ਸੀਟਾਂ 'ਤੇ ਐਗਜ਼ਿਟ ਪੋਲ ਬਿਆਨ ਕਰ ਰਿਹਾ ਹੈ ਕਿ ਕਾਂਗਰਸ ਬਹੁਮਤ 'ਚ ਸਰਕਾਰ ਬਣਾ ਸਕਦੀ ਹੈ। ਹਾਲਾਂਕਿ 46 ਸੀਟਾਂ ਵਾਲਾ ਬਹੁਮਤ, 90 ਸੀਟਾਂ ਨੇ, 46 ਸੀਟਾਂ ਜਿਸ ਨੂੰ ਆਈਆਂ ਉਹ ਸਰਕਾਰ ਹਰਿਆਣਾ 'ਚ ਬਣਾ ਸਕਦਾ ਹੈ, ਪਰ ਕਾਂਗਰਸ ਬਹੁਮਤ ਵਾਲੀ ਸਰਕਾਰ ਹਰਿਆਣਾ 'ਚ ਬਣਾਉਂਦੀ ਦਿਖਾਈ ਦੇ ਰਹੀ ਹੈ। ਤਾਂ ਵੱਖ ਵੱਖ ਜਿਹੜੇ ਐਗਜ਼ਿਟ ਪੋਲ ਦੇ ਅੰਕੜੇ ਬਿਆਨ ਕਰਦੇ ਨੇ, ਵੱਖ ਵੱਖ ਅਦਾਰਿਆਂ ਦੇ ਅੰਕੜੇ ਤੁਹਾਨੂੰ ਦੱਸ ਰਹੇ ਹਾਂ, ਜਿਸ 'ਚ 55 ਸੀਟਾਂ ਤੋਂ ਜ਼ਿਆਦਾ ਕਾਂਗਰਸ ਦੇ ਹਿੱਸੇ ਆ ਰਹੀਆਂ ਨੇ। ਭਾਸਕਰ, ਦੈਨਿਕ ਭਾਸਕਰ ਬਿਆਨ ਕਰਦਾ ਹੈ ਕਿ 44 ਤੋਂ 45 ਸੀਟਾਂ ਕਾਂਗਰਸ, BJP 19 ਤੋਂ 29, JJP ਮਹਿਜ਼ 1 'ਤੇ ਸਿਮਟ ਸਕਦੀ ਹੈ। ਵੱਖ ਵੱਖ ਅੰਕੜੇ ਬਿਆਨ ਹੋ ਰਹੇ ਨੇ, ਭਾਸਕਰ ਰਿਪੋਰਟਸ ਪੋਲ ਬਿਆਨ ਕਰਦੇ ਹੈ। ਇੰਡੀਅਨ ਨੈਸ਼ਨਲ ਲੋਕ ਦਲ ਨੂੰ 1 ਤੋਂ 5, JJP 1 ਅਤੇ ਆਮ ਆਦਮੀ ਪਾਰਟੀ ਸਿਰਫ 1 ਸੀਟ 'ਤੇ ਖਾਤਾ ਖੋਲ ਸਕਦੀ ਹੈ। ਹਾਲਾਂਕਿ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਉਤਰਾਅ ਚੜ੍ਹਾਅ ਆਮ ਆਦਮੀ ਪਾਰਟੀ 'ਚ ਬਣੇ ਰਹੇ। ਇਸ ਦੇ ਨਾਲ ਹੋਰ ਕੀ ਕੁਝ ਆ ਐਗਜ਼ਿਟ ਪੋਲ 'ਤੇ ਅੰਕੜੇ ਆ ਰਹੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਭਾਸਕਰ ਦਾ ਸੀ ਤੁਹਾਨੂੰ ਅੰਕੜਾ ਦੱਸਿਆ ਕਿ ਭਾਸਕਰ ਵੀ ਸਰਕਾਰ ਹਰਿਆਣਾ 'ਚ ਕਾਂਗਰਸ ਦੀ ਬਣਾ ਰਿਹਾ, ਜਿਸ ਨੇ 44 ਤੋਂ 54 ਸੀਟਾਂ ਕਾਂਗਰਸ ਦੇ ਪਾਲੇ 'ਚ ਦਿੱਤੀਆਂ ਨੇ, BJP ਸਿਰਫ 19 ਸੀਟਾਂ। ਇਹਦੇ ਨਾਲ ਵੀ
ਇੱਕ ਹੋਰ ਅੰਕੜਾ ਤੁਹਾਨੂੰ ਦਿਖਾ ਰਿਹਾ ਸੀ ਪੀ ਮਾਰਕ ਦਾ ਜੇ ਜੇ ਪੀ ਐਕ ਇਸ ਦੇ ਨਾਲ ਨੈਸ਼ਨਲ ਲੋਕਦਲ 2-3 ਆਦਰਸ਼ ਨੂੰ ਸਿਰਫ ਇੱਕ ਸੀਟ ਮਿਲ ਰਹੀ ਹੈ ਇਸ ਓਪੀਨੀਅਨ ਪੋਲ 'ਚ, ਜਦਕਿ ਕਾਂਗਰਸ ਇੱਥੇ ਵੀ ਸਰਕਾਰ ਬਣਾ ਰਹੀ ਹੈ। ਯਾਨੀ ਕਿ ਜਿੰਨੇ ਐਗਜ਼ਿਟ ਪੋਲ ਆ ਰਹੇ ਨੇ 19-21 ਦਾ ਫਰਕ ਹੈ, ਕਾਂਗਰਸ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਐਗਜ਼ਿਟ ਪੋਲ ਇੱਕ ਵੱਡਾ ਓਪੀਨੀਅਨ ਹੁੰਦਾ ਉਹਨਾਂ ਲੋਕਾਂ ਤੋਂ ਜਿਹੜੇ ਵੋਟ ਹੱਕ ਦਾ ਇਸਤੇਮਾਲ ਕਰਦੇ, ਉਸ ਤੋਂ ਬਾਅਦ ਇੱਕ ਸਰਵੇ ਦਾ ਅਨੁਪਾਤ ਕੱਟਿਆ ਜਾਂਦਾ, ਉਸ ਤੋਂ ਬਾਅਦ ਹੀ ਅੰਕੜੇ ਜਿਹੜੇ ਉਹ ਜਾਗਜ਼ਰ ਹੁੰਦੇ ਆ। ਵੱਖ ਵੱਖ ਅਦਾਰੇ ਐਗਜ਼ਿਟ ਪੋਲ 'ਤੇ ਜ਼ੋਰ ਦੇ ਰਹੇ ਨੇ ਕਿਉਂਕਿ ਵੋਟਾਂ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਵੋਟਾਂ ਪੁੱਗ ਚੁੱਕੀਆਂ। ਤਾਂ ਹਰਿਆਣਾ ਵਿਧਾਨ ਸਭਾ ਚੋਣ ਨੂੰ ਲੈ ਕੇ ਵੱਖ ਵੱਖ ਨਤੀਜੇ ਕਦੋਂ ਆਉਣਗੇ 8 ਤਰੀਕ ਬਿਆਨ ਕਰੇਗੀ, ਪਰ ਇਸ ਦੇ ਨਾਲ 90 ਸੀਟਾਂ ਨੂੰ ਲੈ ਕੇ ਪਰ ਕਲੀਅਰ ਕੱਟ ਜਿਹੜੇ ਐਗਜ਼ਿਟ ਪੋਲ ਬਿਆਨ ਕਰ ਰਹੇ ਨੇ ਕਿ ਸਰਕਾਰ ਬਣਨ ਚੱਲੀ ਹੈ ਕਾਂਗਰਸ ਦੀ, ਪਰ 8 ਤਰੀਕ ਨੂੰ ਹੋਰ ਕਲੈਰਿਟੀ ਹੋ ਜਾਏਗੀ ਕਿ ਸੀਟਾਂ ਕਿੰਨੀਆਂ ਕਾਂਗਰਸ ਨੂੰ ਆਉਂਦੀਆਂ ਨੇ, ਕਿੰਨੀਆਂ ਬੀਜੇਪੀ ਨੂੰ ਆਉਂਦੀਆਂ ਨੇ। ਪਰ 10 ਸਾਲ ਦੀ ਐਂਟੀ ਇਨਕਮੈਸੀ ਬੀਜੇਪੀ 'ਤੇ ਭਾਰੀ ਪੈਂਦੀ ਦਿਖਾਈ ਦੇ ਰਹੀ ਹੈ।